ਪਹਿਲਾ ਤਾਂ ਵੀਰੇ ਮੇਰਾ ਸਵਾਲ ਇਹੀ ਹੈ ਕਿ ਸਵਾਲ ਜਾਂ ਡਿਸਕਸ਼ਨ ਦਾ ਟਾਪਿਕ ਮੈਂ ਕਿਹਾ ਦਸਾਂ ਕਿ ਇਕੋ ਟੂਰਿਜ਼ਮ ਜਿਹੜਾ ਜੇ ਆਪਾਂ ਨੂੰ ਆਪਾਂ ਤੁਹਾਡੀ ਲੈਂਗੁਏਜ ਚ ਟੈਕਨੀਕਲ ਭਾਸ਼ਾ ਚ ਸਮਝਾਉਣਾ ਹੋਵੇ ਕਿਸੇ ਅਨਾੜੀ ਨੂੰ ਜਾਂ ਲੇਮਨ ਨੂੰ ਤੇ ਉਹ ਆਪਾਂ ਕਿਵੇਂ ਐਕਸਪਲੈਨ ਕਰ ਸਕਦੇ ਹਾਂ ਇਕੋ ਟੂਰਿਜ਼ਮ ਜੀ ਦੇਖੋ ਕਿਸੇ ਵੀ ਉਹਦੀ ਡੈਫੀਨੇਸ਼ਨ ਕੋਈ ਵੀ ਤਰ੍ਹਾਂ ਦੀ ਹੋ ਸਕਦੀ ਹੈ ਬਟ ਆਪਾਂ ਜਿਵੇਂ ਤੁਸੀਂ ਪੁੱਛ ਰਹੇ ਹੋ ਵੀ ਲੇਮਨ ਲੈਂਗੁਏਜ ਦੇ ਵਿੱਚ ਕੀ ਹੈ ਇਕੋ ਟੂ ਇਕੋ ਟੂਰਿਜ਼ਮ ਇਕੋ ਟੂਰਿਜ਼ਮ ਹੋ ਜਾਂਦਾ ਵੀ ਇੱਕ ਸਪੈਸਿਫਿਕ ਜਗ੍ਹਾ ਦਾ ਜਿਹੜਾ ਏਰੀਆ ਦਾ ਲੈਂਡਮਾਰਕ ਨੂੰ ਬਿਨਾ ਉਹਦੇ ਕੁਦਰਤੀ ਢਾਂਚੇ ਨੂੰ ਹਟਾਏ ਕੁਦਰਤੀ ਢਾਂਚੇ ਨੂੰ ਡਿਸਟਰਬ ਕੀਤੇ ਆ ਆਪਾਂ ਜੇ ਉੱਥੇ ਕੋਈ ਸੈਰ ਸਪਾਟੇ ਦਾ ਕੋਈ ਉਦਯੋਗ ਸਥਾਪਿਤ ਕਰ ਰਹੇ ਆ ਜਾਂ ਉਹਦੇ ਤੋਂ ਕੋਈ ਰਿਮਨਰੇਸ਼ਨ ਜਨਰੇਟ ਕਰ ਰਹੇ ਆ ਕੋਈ ਆਮਦਨ ਜਨਰੇਟ ਕਰ ਰਹੇ ਆ ਪਰ ਉਹਦੇ ਆਪਾਂ ਪ੍ਰਕਿਰਤਿਕ ਢਾਂਚੇ ਨੂੰ ਨਹੀਂ ਹਿਲਾ ਰਹੇ ਉਹ ਇਕੋ ਟੂਰਿਜ਼ਮ ਹੈ ਜਿੱਥੇ ਉਹਨੂੰ ਖਤਰਾ ਹੋ ਗਿਆ ਫਿਰ ਨਹੀਂ ਉਹ ਥ੍ਰੈਟਨ ਆ ਗਿਆ ਜੀ ਟੂਰਿਜ਼ਮ ਨੂੰ इकोटूरिज्म बेसिकली ਆਪਾਂ ਇਹੀ ਕਹਿ ਸਕਦੇ ਆਂ ਵੀ ਇੱਕ ਪ੍ਰੋਪਰ ਲੈਂਡਸਕੇਪ ਨੂੰ ਬਿਨਾਂ ਕਿਤੇ ਉਹਦੇ ਕੋਈ ਨੇਚਰਲ ਫਲੋਰਾ ਐਂਡ ਫੋਨਾ ਨੂੰ ਚੇਂਜ ਕੀਤੇ ਆਂ ਉਹਦੇ ਵਿੱਚ ਹੀ ਇੱਕ ਲੋਕਾਂ ਦਾ ਇੰਟਰਸਟ ਪੈਦਾ ਕਰਨਾ ਜਾਂ ਉਹਦੇ ਚ ਆਪਾਂ ਇੱਕ ਕਹਿ ਦੋ ਵੀ ਇੱਕ ਡਿਫਰੈਂਟ ਲੈਵਲ ਦੀ ਇੰਡਸਟਰੀ ਬਣਾਉਣੀ ਟੂਰਿਜ਼ਮ ਦੀ ਉਹਨੂੰ ਇਕੋ ਟੂਰਿਜ਼ਮ ਕਿਹਾ ਜਾਂਦਾ ਜੀ ਸੇਮ ਜਿਵੇਂ ਆਪਾਂ ਕਹਦੀਏ ਵੀ ਸਸਟੇਨੇਬਲ ਟੂਰਿਜ਼ਮ ਸਸਟੇਨੇਬਿਲਟੀ ਹੋਵੇ ਬਿਲਕੁਲ ਫਿਚਰ ਜਨਰੇਸ਼ਨਸ ਦੇ ਲਈ ਵੀ ਉਹੋ ਚੀਜ਼ ਰਹੇ ਬਿਲਕੁਲ ਜੀ ਇੱਕ ਨਵਾਂ টারਮ ਵੀ ਯੂਜ਼ ਕਰਦੇ ਆਂ ਰਿਸਪਾਂਸਿਬਲ ਟੂਰਿਜ਼ਮ ਇਹ ਵੀ ਸ਼ਾਇਦ ਇਹਦੇ ਵਿੱਚ ਹੀ ਆਉਂਦਾ ਇਹ ਵੀ ਇਹਦੇ ਨਾਲ ਹੀ ਰਿਲੇਟ ਕਰਦਾ ਜੀ ਵੀ ਆਪਾਂ ਜ਼ਿੰਮੇਵਾਰੀ ਕੀ ਹੈ ਆਪਣੀ ਟੂਰਿਜ਼ਮ ਨੂੰ ਲੈ ਕੇ ਹੁਣ ਆਪਾਂ ਮੰਨ ਲਓ ਜੀ ਆਪਾਂ ਇੱਕ ਚੰਗੇ ਭਲੇ ਜੰਗਲ ਨੂੰ ਉਜਾੜ ਕੇ ਹੋਟਲ ਬਣਾ ਰਹੇ ਆਂ ਤੇ ਉਹ ਹੋਟਲ ਮਹਿੰਗਾ ਹੋਊਗਾ ਜੀ 5 ਸਟਾਰ ਹੋਊਗਾ 7 ਸਟਾਰ ਹੋਊਗਾ ਬਟ ਉਹ ਸਸਟੇਨੇਬਲ ਤੇ ਇਕੋ ਟੂਰਿਜ਼ਮ ਰਿਸਪਾਂਸਿਬਲ ਟੂਰਿਜ਼ਮ ਇਹ ਤਿੰਨਾਂ ਦੇ ਕਾਟੀ ਮਾਰ ਦਿੰਦਾ ਜੀ ਬਿਲਕੁਲ ਜੀ ਬਹੁਤ ਵਧੀਆ ਪੁਆਇੰਟ ਹੈ